हलचल टीवी न्यूज। ਸ਼ਹਿਰ ਨਕੋਦਰ ਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਇੱਕ ਬਜ਼ੁਰਗ ਨੂੰ ਸਮੋਹਿਤ ਕਰਕੇ ਸੋਨੇ ਦੀਆਂ ਅੰਗੂਠੀਆਂ ਤੇ ਸੋਨੇ ਦਾ ਕੜਾ ਲੈ ਗਏ। ਨੌਸਰਬਾਜ਼ ਨਕੋਦਰ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਨਿੱਕੂ ਥਿੰਦ ਸਵੀਟ ਸ਼ਾਪ ਦੇ ਮਾਲਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਇੱਕ ਵਿਅਕਤੀ ਉਸਦੇ ਕੋਲ ਆਇਆ ਤੇ ਕੰਮ ਵਿੱਚ ਬਰਕਤ ਹੋਵੇਗੀ, ਇਸ ਲਈ ਜੋ ਉਸਦੇ ਹੱਥਾਂ ਚ ਅਤੇ ਬਾਹਾਂ ਚ ਸੋਨਾ ਪਾਇਆ ਹੋਇਆ ਹੈ ਉਹ ਉਸ ਨੂੰ ਉਤਾਰ ਕੇ ਰੁਮਾਲ ਵਿੱਚ ਰੱਖ ਲਏ ਤੇ ਉਸ ਤੋਂ ਬਾਅਦ ਉਸ ਨੂੰ ਆਪ ਨੂੰ ਨਹੀਂ ਪਤਾ ਲੱਗਾ ਕਿ ਉਸ ਨੂੰ ਕੀ ਹੋਇਆ ਤੇ ਉਸ ਦੇ ਹੱਥਾਂ ਵਿੱਚ ਪਾਈ ਹੋਈ ਸੋਨੇ ਦੀਆਂ 3 ਅੰਗੂਠੀਆਂ ਤੇ ਬਾਹਾਂ 'ਚ ਸੋਨਾ ਜੋ ਪਾਇਆ ਹੋਇਆ ਉਹ ਉਸਨੇ ਰੁਮਾਲ 'ਚ ਰੱਖ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਉਸ ਨੌਸਰਬਾਜ਼ ਨੇ ਇੱਕ ਹੋਰ ਰੁਮਾਲ ਦਿੱਤਾ ਜਿਸ 'ਚ ਬਜਰੀ ਦੇ ਟੁਕੜੇ ਪਾਏ ਹੋਏ ਸਨ। ਆਓ ਦੇਖਦੇ ਹਾਂ ਇਸ ਰਿਪੋਰਟ 'ਚ ਪੂਰਾ ਮਾਜ਼ਰਾ ਕੀ ਹੈ। ਹਾਂਜੀ ਸਰ, ਤੁਹਾਡਾ ਨਾਮ? ਜਰਨੈਲ ਸਿੰਘ ਜੀ। ਜਰਨੈਲ ਸਿੰਘ ਜੀ, ਕੀ ਗੱਲਬਾਤ ਹੋਈ ਹੈ? ਗੱਲਬਾਤ ਕੀ ਹੋਣੀ ਹੈ, ਮੈਂ ਉੱਥੋਂ ਆਪਣੇ ਦੋਸਤ ਦੀ ਦੁਕਾਨ ਤੋਂ ਉੱਠ ਕੇ ਘਰ ਨੂੰ ਜਾ ਰਿਹਾ ਸੀ। ਘਰ ਨੂੰ ਜਾ ਰਹੇ ਸੰਤੋਸ਼ੀ ਮਾਤਾ ਦੇ ਮੰਦਰ ਦੇ ਮੂਹਰੇ ਉਹ ਸਰਦਾਰ ਮਿਲਿਆ ਮੈਨੂੰ, ਜਿਹੜਾ ਸਾਧੂ ਦਾ ਭੇਸ ਲਾ ਰਿਹਾ ਸੀ। ਉਸ ਤੋਂ ਅੱਗੇ ਮੈਂ ਆਪਣੀ ਗਲੀ 'ਚ ਵੜ ਗਿਆ, ਗਲੀ 'ਚ ਵੜ ਗਿਆ ਤੇ ਗਾਹਾਂ ਜਾ ਕੇ ਇੱਕ ਮੁੰਡਾ ਤੇ ਇੱਕ ਬੁੜੀ ਮੇਰੇ ਮਗਰ ਲੱਗੇ ਆ। ਮੈਨੂੰ ਕਹਿੰਦੇ ਬਾਬਾ ਜੀ ਇੱਦਾਂ ਆ ਤੇ ਉਹਨਾਂ ਦੀ ਪਾਵਰ ਬਹੁਤ ਆ ਤੇ ਤੁਸੀਂ ਉਹਨਾਂ ਨਾਲ ਸਾਡੀ ਸੁਲਾਹ ਕਰਾ ਦਿਓ, ਸੁਲਾਹ ਕਰਾ ਦਿਓ। ਸੁਲਾਹ ਕਰਾਉਣ ਦੇ ਜਦ ਨੂੰ ਬਾਬਾ ਵੀ ਆ ਗਿਆ ਮੇਰੇ ਮਗਰੇ, ਮੈਨੂੰ ਪੁੱਛਦਾ ਬਾਬਾ ਮੈਂ ਲਾਲ ਬਾਦਸ਼ਾਹ ਨੂੰ ਜਾਣਾ, ਜਦ ਨੂੰ ਸਾਡੇ ਮਗਰੇ ਆ ਗਿਆ ਤੇ ਮੈਨੂੰ ਕਹਿੰਦਾ ਇਹਨਾਂ ਦਾ ਕੰਮ ਨੀ ਕਰਨਾ ਤੇ ਤੇਰਾ ਕੰਮ ਕਰਨਾ ਆ। ਮੇਰੇ ਮੋਢੇ ਦੀ ਜੱਫੀ ਪਾ ਕੇ ਸਿਰ ਤੇ ਹੱਥ ਫੇਰਦਾ ਫੇਰਦਾ ਮੈਨੂੰ ਅੱਗੇ ਲੈ ਗਿਆ। ਅੱਗੇ ਜਾ ਕੇ ਸਭ ਕੁਛ ਪਤਾ ਨੀ ਮੈਨੂੰ ਕੀ ਕਰਤਾ ਉਹਨੇ, ਮੇਰਾ ਸਮਾਨ ਲਾ ਕੇ 3 ਮੁੰਦੀਆਂ 1 ਕੜਾ ਸੋਨੇ ਦਾ ਸੀ, ਸਾਰਾ ਸੋਨੇ ਦਾ ਸਾਰਾ ਸੀ। ਹਾਂ, ਤੇ ਕੈਸ਼ ਵਗੈਰਾ ਤਾਂ ਨਹੀਂ? ਕੈਸ਼ ਵਗੈਰਾ ਪਰਸ ਮੇਰੀ ਜੇਬੀ ਚ ਹੀ ਆ। ਹਾਂ, ਤੇ ਤੁਹਾਨੂੰ ਪਤਾ ਹੀ ਨੀ ਲੱਗਾ ਕੋਈ ਗੱਲ? ਮੈਨੂੰ ਕੋਈ ਪਤਾ ਨੀ ਲੱਗਾ ਜੀ, ਮੈਨੂੰ ਕਹਿੰਦਾ ਪਿੱਛਾ ਮੁੜ ਕੇ ਦੇਖਣਾ ਨੀ। ਤੇ ਜਿਹੜਾ ਤੁਹਾਨੂੰ ਰੁਮਾਲ ਦਿੱਤਾ ਸੀ ਉਹਦੇ ਚ ਕੋਈ ਨਿਕਲਿਆ? ਉਹ ਚੋ ਅਖਬਾਰਾਂ ਸੀਗੀਆਂ ਤੇ ਸ਼ੇਰ ਓੜੀਆਂ ਸੀਗੀਆਂ, ਉਹ ਪੁਲਿਸ ਵਾਲੇ ਕੱਲ ਲੈ ਆਏ ਸੀ ਨਾਲ। ਠੀਕ ਹੈ, ਪੁਲਿਸ ਵਾਲੇ ਲੈ ਆਏ। ਹੁਣ ਤੁਸੀਂ ਕੀ ਮੰਗ ਕਰਦੇ ਆ? ਮੈਂ ਮੰਗ ਕਰਦਾ ਮੇਰਾ ਸਮਾਨ ਮੈਨੂੰ ਮਿਲ ਜਾਵੇ ਕਿ ਉਹਤੇ ਹੋਰ ਰਿਕਵਰੀ ਹੋਵੇ ਮੇਰੀ। ਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ? ਪੁਲਿਸ ਹੁਣ ਪਤਾ ਨੀ, ਦੇਖੋ ਅਸੀਂ ਆਪਣੀ FIR ਦੇ ਆਏ ਆ, ਪੁਲਿਸ ਪਤਾ ਨੀ ਕੀ ਕਹਿੰਦੇ, ਲਿਖੀ ਆ ਕਿ ਨਹੀਂ ਲਿਖੀ, ਕਿੱਦਾਂ ਕੀਤੀ ਕਿੱਦਾਂ ਕੀ ਨਹੀਂ ਕੀਤੀ। ਠੀਕ ਹੈ ਸਰ। ਹਾਂਜੀ ਸਰ, ਸਰ ਜਿਹੜੀ ਜਰਨੈਲ ਸਿੰਘ ਦੇ ਥਿੰਦ ਦੇ ਨਾਲ ਹੁਣੀ ਹਜੇ ਲੁੱਟਖੋ ਹੋਈ ਹੈ, ਕੀ ਕਾਰਨ ਹੋਇਆ ਉਹ? ਇਹਨਾਂ ਨੂੰ ਸਾਨੂੰ ਪਤਾ ਲੱਗਾ ਹੈ ਕਿ ਵੀ ਇਹ ਨਾ ਇੱਕ ਕੋਈ ਗਿਰੋਹ ਹੈ, 2 ਜਿਹਦੇ 'ਚ ਮੁੰਡੇ ਹੈ 1 ਉਹਦੇ 'ਚ ਮਹਿਲਾ ਹੈ। ਇਹ ਲੋਕਾਂ ਨੂੰ ਨਾ ਸਾਈਂ ਜੀ ਦੇ ਨਾਮ 'ਤੇ ਬਹਿਲਾਉਂਦੇ ਹੈ, ਬਹਿਲਾ ਫਸਲਾ ਕੇ ਉਹਨਾਂ ਦੀਆਂ ਚੀਜ਼ਾਂ ਲੈ ਲੈਂਦੇ ਹੈ। ਅਤੇ ਸਰ ਇਹਨਾਂ ਦਾ ਕਿੰਨਾ ਨੁਕਸਾਨ ਕਰਕੇ ਗਏ ਉਹ? ਨਹੀਂ, ਇਹਨਾਂ ਦਾ ਹਜੇ ਇਹਨਾਂ ਨੇ ਕਲੀਅਰ ਨਹੀਂ ਦੱਸਿਆ, ਕਹਿੰਦੇ ਕਿ ਮੁੰਦਰੀ ਵਗੈਰਾ ਕੋਈ ਗੋਲਡ ਖੁਲਵਾਇਆ ਇਹਨਾਂ ਦਾ। ਇਹ ਜੋ ਬੇਸਿਕਲੀ ਗਰੁੱਪ ਹੈ ਇੱਥੇ ਘੁੰਮਦਾ ਰਹਿੰਦਾ, ਜਿਹੜੇ ਇਹਨਾਂ ਦੇ ਸੋਫਟ ਟਾਰਗੇਟ ਹੁੰਦੇ ਆ, ਇਹਨਾਂ ਨੂੰ ਨਾ ਇਹ ਬੋਲਦੇ ਕਿ ਜੇ ਸਾਈਂ ਜੀ ਨੇ ਤੁਹਾਨੂੰ ਇੱਦਾਂ ਦਾ ਕਰਕੇ ਤੁਹਾਨੂੰ ਚੁਣਿਆ ਹੈ ਅਤੇ ਸਾਈਂ ਜੀ ਦੀ ਮਿਹਰ ਹੋਈ ਹੈ ਤੁਹਾਡੇ ਉੱਤੇ, ਇੱਦਾਂ ਕਰਕੇ ਉਹਨਾਂ ਨੂੰ ਬਰਗਲਾਉਂਦੇ ਅਤੇ ਉਹਨਾਂ ਦਾ ਗੋਲਡ ਵਗੈਰਾ ਖੋਹ ਕੇ ਭੱਜ ਜਾਂਦੇ ਆ। ਖੋਹਦੇ ਨਹੀਂ, ਮਤਲਬ ਲੈ ਲੈਂਦੇ ਕਿ ਡਬਲ ਕਰ ਦਿੰਦੇ, ਉਹਨਾਂ ਨੂੰ ਲਾਲਚ ਦਿੰਦੇ। ਉਹ ਬੇਸਿਕਲੀ ਕਈ ਵਾਰ ਭੋਲੇ ਲੋਕ ਇਸ ਚੀਜ਼ ਸਮਝਦੇ ਨਹੀਂ ਕਿ ਡਬਲ ਟ੍ਰਿਪਲ ਏ ਚੀਜ਼ਾਂ 'ਤੇ ਕੋਈ ਇਹ ਕੋਈ ਉਹ ਨਹੀਂ ਹੈ, ਜਿਹਨੇ ਸਾਈਂ ਜੀ ਦੀ ਮਿਹਰ ਹੈ ਉਹ ਤਾਂ ਮਿਹਰ ਹੈ ਹੀ ਆ ਉਹਨਾਂ ਦੀ, ਅਤੇ ਉਸ ਤਰੀਕੇ ਨਾਲ ਇਹ ਰਿਲੀਜੀਅਸਲੀ ਉਹਨਾਂ ਨੂੰ ਮੈਨੀਪੁਲੇਟ ਕਰ ਲੈਂਦੇ। ਤੇ ਸਰ ਸਾਡੇ ਚੈਨਲ ਥਰੂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਅਸੀਂ ਕਹਿੰਦੇ ਪਬਲਿਕ ਨੂੰ ਕਿ ਇੱਦਾਂ ਦੇ ਪ੍ਰਲੋਭਨਾਂ 'ਚ ਨਾ ਆਏ, ਇੱਦਾਂ ਦੇ ਕਿ ਇੱਦਾਂ ਲਾਲਚ ਨਾ, ਸਾਈਂ ਜੀ ਦੀ ਮਿਹਰ ਸਾਰਿਆਂ ਦੇ ਉੱਤੇ ਹੈਗੀ ਆ, ਲੇਕਿਨ ਇਹ ਮਤਲਬ ਕਿ ਕਿਸੇ ਚੀਜ਼ ਨੂੰ ਡਬਲ ਕਰ ਦੇਣਗੇ, ਟ੍ਰਿਪਲ ਕਰ ਦੇਣ ਦੀ ਪੋਸੀਬਿਲਿਟੀ ਕੋਈ ਨਹੀਂ, ਅਤੇ ਲੋਕ ਇਸ ਚੀਜ਼ ਨੂੰ ਅਵੇਅਰ ਰਹਿਣੇ ਚਾਹੀਦੇ। ਵੈਸੇ ਅਸੀਂ ਵੀ ਬੋਲਦੇ ਹਾਂ ਲੋਕਾਂ ਨੂੰ, ਬਟ ਇਹ ਬਹੁਤ ਹੀ ਇੱਕ ਮਤਲਬ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੁੰਦੀਆਂ, ਉਹਨਾਂ ਚੀਜ਼ਾਂ ਨੂੰ ਅਵੇਅਰ ਰਹਿਣਾ ਚਾਹੀਦਾ।
ਹਲਚਲ ਟੀਵੀ ਨਿਊਜ਼।